ਸਤਿ ਸ਼੍ਰੀ ਅਕਾਲ ਜੀ, ਵੈਲਕਮ ਅੱਜ ਤੁਹਾਡਾ ਮੇਰੇ ਚੈਨਲ ਬੀ ਸਟਾਈਲਿਸ਼ 'ਤੇ। ਅਤੇ ਅੱਜ ਆਪਾਂ ਫਿਰ ਤੁਹਾਡੇ ਨਾਲ ਸੈਮੀ ਫੋਰਮਲ ਜੇ ਕੁਝ ਡਿਜ਼ਾਇਨ ਸ਼ੇਅਰ ਕਰਾਂਗੇ। ਸੋ ਇਹ ਜੋਰਜਟ ਦੇ ਬਣੇ ਹੋਏ ਆ, ਕੁਝ ਕਾਟਨ ਦੇ ਬਣੇ ਹੋਏ ਆ। ਸੋ ਇਹਨਾਂ ਨੂੰ ਤੁਸੀਂ ਆਪਣੀ ਪਾਰਟੀ ਦੇ ਅਕੋਰਡਿੰਗ ਆ ਜਿਹੜਾ ਬਣਵਾ ਸਕਦੇ ਹੋ ਸੂਟਸ, ਕਿ ਤੁਸੀਂ ਕਿਸ ਫੰਕਸ਼ਨ ਦੇ ਲਈ ਇਸ ਟਾਈਪ ਦਾ ਜਿਹੜਾ ਸੂਟ ਅਵੇਅਰ ਕਰਨਾ ਚਾਹੁੰਦੇ ਹੋ। ਸੋ ਕਲਰ ਕੰਬੀਨੇਸ਼ਨ ਤੁਸੀਂ ਆਪਣੇ ਅਕੋਰਡਿੰਗ ਦੇਖ ਕੇ ਜੀ ਔਡਰ 'ਤੇ ਰੈਡੀ ਕਰਵਾ ਸਕਦੇ ਹੋ, ਕਿਉਂਕਿ ਅਸੀਂ ਔਡਰ 'ਤੇ ਹੀ ਸੂਟ ਰੈਡੀ ਕਰਦੇ ਹਾਂ, ਸਟੋਕ ਨਹੀਂ ਰੱਖਦੇ। ਬਹੁਤ ਸਾਰੇ ਕੁਸ਼ਚਨ ਹੁੰਦੇ ਆ ਕਿ ਤੁਸੀਂ ਇਹ ਸੂਟ ਸੇਲ ਮੇਰੇ ਲਈ ਰੱਖ ਲਓ ਜਾਂ ਸੇਵ ਕਰ ਲਓ। ਸੋ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ, ਤੁਹਾਡੇ ਮੈਜ਼ਰਮੈਂਟ ਦੇ ਅਕੋਰਡਿੰਗ, ਤੁਹਾਡੇ ਲੈਂਥ ਘੇਰੇ ਦੇ ਅਕੋਰਡਿੰਗ ਆ ਜਿਹੜਾ ਅਸੀਂ ਤੁਹਾਡਾ ਸੂਟ ਬਣਾਵਾਂਗੇ। ਔਰ ਤੁਸੀਂ ਔਡਰ ਕਨਫਰਮ ਕਰਨ ਲਈ ਜੀ ਵਟਸਐਪ ਨੰਬਰ 7589231377 'ਤੇ ਜਾ ਕੇ ਕਿਸੇ ਵੀ ਸੂਟ ਦਾ ਜਿਹੜਾ ਸਕਰੀਨਸ਼ੋਟ ਭੇਜ ਸਕਦੇ ਹੋ, ਦੈਨ ਆਪਣਾ ਔਡਰ ਆ ਜਿਹੜਾ ਫਾਈਨਲ ਕਰ ਸਕਦੇ ਹੋ। ਜਿਵੇਂ ਇਹ ਸਕਿਨ ਕਲਰ ਦਾ ਸੂਟ ਹੈਗਾ ਜੀ, ਔਰ ਬਰਾਊਨ ਆ, ਸੋਰੀ ਬਰਾਊਨ ਸ਼ੇਡ 'ਤੇ ਬਣਿਆ ਹੋਇਆ ਇਹ ਜੋਰਜਟ ਦਾ। ਔਰ ਅਸੀਂ ਨੀਚੇ ਜਿਹੜਾ ਕੱਟਵਰਕ ਦਿੱਤਾ ਹੋਇਆ, ਫਿਰ ਜਿਹੜਾ ਇਹ ਵਰਕ ਕੀਤਾ ਹੋਇਆ, ਉੱਪਰ ਆ ਜਿਹੜਾ ਇਹ ਵਰਕ ਹੈ। ਔਰ ਸਕਿਨ ਕਲਰ 'ਤੇ ਅਸੀਂ ਬਹੁਤ ਹੀ ਪਿਆਰੇ ਜਿਹੇ ਜਿਹੜੇ ਸ਼ੇਡ ਦਿੱਤੇ ਹੋਏ ਆ। ਸੋ ਇਸ ਤਰ੍ਹਾਂ ਦੀ ਇਹਦੀ ਡਿਜ਼ਾਇਨਿੰਗ ਹੈਗੀ ਹੈ ਜੀ। ਸੋ ਤੁਸੀਂ ਕਿਸੇ ਵੀ ਕਲਰ ਕੰਬੀਨੇਸ਼ਨ 'ਤੇ ਆਪਣੀ ਚੋਇਸ ਦੇ ਅਕੋਰਡਿੰਗ ਹੈ ਜਿਹੜਾ ਇਹ ਸੂਟ ਬਣਵਾ ਸਕਦੇ ਹੋ। ਉੱਪਰ ਤੁਸੀਂ ਸਟਿਚਿੰਗ ਟਾਈਮ ਜਿਹੜਾ ਇਹਦੇ ਗਲੇ 'ਤੇ ਪਾਈਪਿੰਗ ਬਟਨਸ ਵਗੈਰਾ ਲਗਵਾ ਸਕਦੇ ਹੋ। ਸੋ ਅਗਰ ਤਾਂ ਤੁਸੀਂ ਸਾਡੇ ਕੋਲੋਂ ਸੂਟ ਆ ਜਿਹੜਾ ਸਟਿਚ ਕਰਵਾਉਣਾ ਚਾਹੁੰਦੇ ਹੋ, ਤਾਂ ਆਪਣਾ ਮੈਜ਼ਰਮੈਂਟ ਆ ਜਿਹੜਾ ਸਾਨੂੰ ਵਟਸਐਪ 'ਤੇ ਸੈਂਡ ਕਰਨਾ ਹੋਊਗਾ, ਔਰ ਅਸੀਂ ਜਿਹੜਾ ਤੁਹਾਡੇ ਮੈਜ਼ਰਮੈਂਟ ਦੇ ਅਕੋਰਡਿੰਗ ਆ ਜਿਹੜਾ ਅਸੀਂ ਸੂਟ ਬਣਾਵਾਂਗੇ। ਸੋ ਇਹਦੇ ਨਾਲ ਆ ਜੀ ਟਾਈ ਡਾਈ ਦੁਪੱਟਾ ਹੈਗਾ, ਇਸ ਤਰ੍ਹਾਂ ਅਸੀਂ ਟਾਈ ਡਾਈ ਦੁਪੱਟਾ ਦਿੱਤਾ ਹੋਇਆ ਹੈ। ਦੇਖੋ ਬਹੁਤ ਹੀ ਪਿਆਰੀ ਹੈ ਜਿਹੜੀ ਲੇਸ ਦਿੱਤੀ ਹੋਈ ਹੈ, ਹਰ ਇੱਕ ਤਰ੍ਹਾਂ ਦੇ ਜਿਹੜੇ ਕਲਰ ਹੈ ਇਹਦੇ ਵਿੱਚ ਜਿਹੜਾ ਦਿੱਤੀ ਹੋਈ। ਓਵਰਆਲ ਫਿਨਿਸ਼ਿੰਗ ਹੈਗੀ ਹੈ ਜਿਹੜੀ ਇਹਦੀ ਬਹੁਤ ਹੀ ਪਿਆਰੀ ਬਣਦੀ ਹੈ ਜਦੋਂ ਤੁਸੀਂ ਸਟਿਚਿੰਗ ਕਰ ਲੈਂਦੇ ਹੋ, ਜਿਹੜੀ ਬਾਅਦ ਦੇ ਵਿੱਚ ਫਿਨਿਸ਼ਿੰਗ ਆਉਂਦੀ ਹੈ, ਪ੍ਰੋਪਰ ਜਿਹੜਾ ਵਰਕ ਹੈਗਾ ਉਦੋਂ ਪਤਾ ਲੱਗਦਾ ਹੈ ਜੀ ਜਦੋਂ ਆਪਾਂ ਪੂਰਾ ਸੂਟ ਹੈ ਜਿਹੜਾ ਸਟਿਚ ਕਰਵਾਉਂਦੇ ਹਾਂ। ਸੋ ਇਹ ਵੀ ਬਾਦਲਾ ਵਰਕ ਦਾ ਡਿਜ਼ਾਇਨ ਹੈਗਾ ਜੀ, ਇਹ ਵੀ ਤੁਹਾਡੇ ਮੈਜ਼ਰਮੈਂਟ ਦੇ ਅਕੋਰਡਿੰਗ ਹੀ ਜਿਹੜਾ ਵਰਕ ਹੋਊਗਾ। ਸੋ ਇਹ ਘੇਰੇ 'ਤੇ ਵਰਕ ਹੈਗਾ ਜੀ, ਇਹਦੇ ਵਿੱਚ ਅਸੀਂ ਸ਼ੇਡ ਦਿੱਤਾ ਹੋਇਆ ਗ੍ਰੀਨ ਸ਼ੇਡ ਦਾ, ਤੁਸੀਂ ਜੋ ਵੀ ਸ਼ੇਡ ਦਿੱਤਾ ਉਹਦੇ ਨਾਲ ਦੀ ਪਾਈਪਿੰਗ ਦੇ ਸਕਦੇ ਹੋ ਜਦੋਂ ਸਟਿਚ ਕਰਵਾਓਗੇ। ਸੋ ਇਹ ਘੇਰੇ ਦਾ ਡਿਜ਼ਾਇਨ ਹੈ, ਇਹਦੇ ਬਾਜੂ 'ਤੇ ਵੀ ਪੂਰਾ ਜਿਹੜਾ ਹੈਵੀ ਡਿਜ਼ਾਇਨ ਬਣਦਾ ਹੈ, ਇਸ ਤਰ੍ਹਾਂ ਦੀਆਂ ਬਾਜੂ ਬਣਦੀਆਂ ਹੈਗੀਆਂ। ਔਰ ਫਿਰ ਉੱਪਰ ਆ ਜਿਹੜਾ ਗਲੇ 'ਤੇ ਹੈਵੀ ਡਿਜ਼ਾਇਨ ਬਣਦਾ, ਇਹ ਦੇਖੋ। ਸੋ ਇਸ ਤਰ੍ਹਾਂ ਇਹ ਜਿਹੜਾ ਸੂਟ ਹੈਗਾ ਪ੍ਰੋਪਰ ਆ ਜਿਹੜਾ ਫਿਨਿਸ਼ ਹੁੰਦਾ ਹੈ। ਔਰ ਜਿਹੜਾ ਨੈਕਸਟ ਸੂਟ ਹੈਗਾ ਜੀ, ਇਹ ਬਲੂ ਕਲਰ ਦਾ ਸੂਟ ਹੈ, ਔਰ ਇਹਦੇ 'ਤੇ ਅਸੀਂ ਤਿੱਲਾ ਵਰਕ ਦਿੱਤਾ ਹੋਇਆ, ਇਹ ਦੇਖੋ ਫਰੰਟ 'ਤੇ ਵਰਕ ਹੈ ਔਰ ਵਿੱਚ ਇਹਦੇ ਸਾਰੇ ਦੇ ਫਲਾਰ ਦਿੱਤੇ ਹੋਏ ਹੈ, ਔਰ ਇਹਦੇ ਗਲੇ 'ਤੇ ਵੀ ਬਹੁਤ ਵਧੀਆ ਜਿਹੜੀ ਡਿਜ਼ਾਇਨਿੰਗ ਕੀਤੀ ਹੋਈ ਹੈ। ਸੋ ਇਹਦੇ ਨਾਲ ਵਿਧ ਦੁਪੱਟਾ ਵੀ ਬਣਾ ਸਕਦੇ ਹੋ ਤੁਸੀਂ, ਵਿਧ ਦੁਪੱਟਾ ਵੀ ਅਸੀਂ ਦੁਪੱਟੇ 'ਤੇ ਵੀ ਵਰਕ ਕਰਦੇ ਹਾਂ। ਅਗਰ ਤੁਸੀਂ ਸਿੰਪਲ ਲੇਸਿਸ ਬਣਾਉਣਾ ਚਾਹੁੰਦੇ ਹੋ ਤਾਂ ਉਸ ਤਰ੍ਹਾਂ ਵੀ ਬਣਾ ਸਕਦੇ ਹੋ। ਇਹਦੇ ਨਾਲ ਅਸੀਂ ਜਿਵੇਂ ਵੀ ਉਸ ਤਰ੍ਹਾਂ ਦੀ ਜਿਹੜੀ ਇਹਦੀ ਪਾਈਪਿੰਗ ਦਿੱਤੀ ਹੋਈ ਹੈ ਫਲਾਸ ਨਾਲ ਦੀ, ਔਰ ਬਹੁਤ ਹੀ ਪਿਆਰਾ ਸਿੰਪਲ ਸੋਬਰ ਜਿਹਾ ਵਰਕ ਹੈ ਜੇ ਤੁਸੀਂ ਸਿੰਪਲ ਜਿਹੜੇ ਪਾਰਟੀ ਵੇਅਰ ਸੂਟ ਬਣਾਉਣਾ ਚਾਹੁੰਦੇ ਹੋ। ਇਸ ਤਰ੍ਹਾਂ ਇਹ ਕੱਟ ਵਰਕ ਕੀਤਾ ਹੋਇਆ, ਸੋ ਬਲੂ ਕਲਰ ਦੇ ਸ਼ੇਡ 'ਤੇ ਇਹ ਜਿਹੜਾ ਬਹੁਤ ਹੀ ਪਿਆਰਾ ਜਿਹੜਾ ਵਰਕ ਲੱਗਦਾ ਹੈ ਗੋਲਡਨ ਜਦੋਂ ਤੁਸੀਂ ਤਿੱਲੇ ਦਾ ਥਰੈਡ ਵਰਕ ਕਰਦੇ ਹੋ। ਸੋ ਇਸੇ ਤਰ੍ਹਾਂ ਹੀ ਮੈਰੂਨ ਸ਼ੇਡ 'ਤੇ ਬਾਦਲਾ ਵਰਕ ਕੀਤਾ ਹੋਇਆ। ਸੋ ਡਾਰਕ ਸ਼ੇਡ 'ਤੇ ਜਦੋਂ ਤੁਸੀਂ ਗੋਲਡਨ ਤਿੱਲਾ ਜਾਂ ਬਾਦਲਾ ਵਰਕ ਕਰਾਉਂਦੇ ਹੋ ਤਾਂ ਇਹਦੀ ਜਿਹੜੀ ਗ੍ਰੇਸ ਹੈਗੀ ਹੈ ਬਹੁਤ ਹੀ ਵਧੀਆ ਆਉਂਦੀ ਹੈ। ਸੋ ਇਹਨਾਂ 'ਚੋਂ ਤੁਸੀਂ ਕੋਈ ਵੀ ਸੂਟ ਔਡਰ ਕਰ ਸਕਦੇ ਹੋ ਜੀ, ਕਿਸੇ ਵੀ ਸਟੱਫ 'ਤੇ ਔਡਰ ਕਰ ਸਕਦੇ ਹੋ। ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਹੈ ਜਿਹੜਾ ਮੈਨੂੰ ਦੱਸ ਕੇ ਆਪਣਾ ਔਡਰ ਜਿਹੜਾ ਫਾਈਨਲ ਕਰ ਸਕਦੇ ਹੋ। ਕਿਸੇ ਵੀ ਜੋ ਵੀ ਸੂਟ ਤੁਸੀਂ ਬਣਾਉਣਾ ਤੁਸੀਂ ਉਹਦਾ ਸਕਰੀਨਸ਼ੋਟ ਭੇਜਿਆ ਕਰੋ, ਵੀਡੀਓ ਦਾ ਲਿੰਕ ਨਾ ਭੇਜਿਆ ਕਰੋ, ਔਰ ਕੁਛ ਵੀ ਪੁੱਛਣਾ ਤੁਸੀਂ ਮੈਨੂੰ ਮੈਸੇਜ ਛੱਡਿਆ ਕਰੋ ਜੀ, ਕਾਲਸ ਨਾ ਕਰਿਆ ਕਰੋ।
ਸੋ ਇਸੇ ਤਰ੍ਹਾਂ ਆਪਾਂ ਤੁਹਾਡੇ ਨਾਲ ਨਵੇਂ ਨਵੇਂ ਸੂਟਾਂ ਦੀ ਡਿਜ਼ਾਈਨਿੰਗ ਸ਼ੇਅਰ ਕਰਦੇ ਰਹਾਂਗੇ ਜੀ। ਬਣੇ ਰਹੋ ਮੇਰੇ ਚੈਨਲ ਬੀ ਸਟਾਈਲਿਸ਼ 'ਤੇ। ਵੀਡੀਓ ਵਾਚ ਕਰਨ ਲਈ ਬਹੁਤ ਬਹੁਤ ਥੈਂਕ ਯੂ ਜੀ। ਥੈਂਕ ਯੂ ਸੋ ਮੱਚ।